ਪਿੱਛੇ ਹੀ ਆ ਨਾ ਪਿੱਛੇ ਫਿਰ ਫਰੇਮ ਚੱਲ ਫਰੇਮ ਬਣਾਓ ਯਾਰ ਫਰੇਮ ਠੀਕ ਜੀ ਸਰ ਕਿਹੜਾ ਪਹਿਲੋਂ ਮਾਇਕ ਵਾਸਤੇ ਜਿਹੜੀ ਕੈਸਟ ਸੀ ਜਿਹੜੀ ਅਸੀਂ ਰਿਲੀਜ਼ ਕਰ ਰਹੇ ਸੀਗੀ ਉਹਦਾ ਇੱਕ ਹਿੱਸਾ ਜਿਹੜਾ ਇਹ ਗਾਣਾ ਚਲਾ ਕਰਦਾ ਨਾ ਭੇਟ ਚਲਾ ਕਰਦੀ ਮੈਂ ਚਾਹੁੰਦਾ ਕਿ ਤੁਸੀਂ ਸਾਹਿਤ ਕਰਨੇ ਜੁੜੇ ਹੋਇਓ ਤੁਸੀਂ ਤਾਂ ਡੈਸ਼ ਭਰਾਓ ਇਸ ਬੱਚੇ ਕਿ ਆਪਣਾ ਆਸ਼ੀਰਵਾਦ ਵੀ ਦਿਓ ਅਤੇ ਕੁਛ ਕੰਮ ਦੀ ਗੱਲਾਂ ਵੀ ਨਹੀਂ ਬੱਚੇ ਆਖੋ ਤੁਸੀਂ ਕੈਸਟ ਮਾਮੂਲੀ ਹੀ ਸੁਣੀ ਆ ਬਹੁਤ ਅੱਛੀ ਕੈਸਟ ਹੈ ਲੇਕਿਨ ਇਹਦੇ ਬਾਰੇ 'ਚ ਅਸੀਂ ਥੋੜ੍ਹੀ ਨਹੀਂ ਸੁਣੀ ਨਾ ਪੂਰੀ ਸੁਣੀ ਨਹੀਂ ਹੈ ਲੇਕਿਨ ਪਹਿਲੇ ਵੀ ਚੋਣ ਦਾਰਾ ਕੋਈ ਹੀ ਪਤਾ ਲੱਗਦਾ ਕਿਆ ਸੀ ਪਤਾ ਲੱਗੀ ਆਪਣੀ ਅੱਛੀ ਕੈਸਟ ਹੈ ਔਰ ਕਾਮਯਾਬ ਕੈਸਟ ਹੈ मुझे नहीं लगता कि जो सी डी का रिलीज फंक्शन होता है उसमें भाषण की गुंजाइश रहती है और खासतौर पर जब के हमारे माननीय मुख्य अतिथि जी हमारे यहाँ बीच विराजमान है सोल सुहेल कार्ती जैसे सीनियर जर्नलिस्ट हमारे बीच है तो कोई बात बनती नहीं कि यहाँ कहा जाए लेकिन जैसा कि उनको मैं मुबारकबाद देता हूँ इस कैसेट के सिंगर को और इनकी पूरी टीम को जो टेक्निकली इनके साथ जुड़ी उसमें चाहे लिरिक्स शामिल हैं कंपोजिशन शामिल है या कुछ भी मैं सिर्फ एक बात कन्फर्म करना चाहूँगा कि चलो सर ये सारे कोई फिल्मी ये बहुत खुशी की बात है मैं सिर्फ एक बात यहाँ अपने आप एक्सपीरियंस जो मेरा 30 साल पुराना वो शेयर करना चाहूँगा कि हमें जो धार्मिक हमारे जो कैसेट्स होती हैं या सीरीज होती हैं इनमें अक्सर हम कोशिश करते हैं ਸੋਹਣਾ ਛੱਤਰ ਬਣਾਈ ਤੇ ਸੁਣੇ ਹਰਿਆ ਮਾਟੀ ਮੋੜ ਵਾਲੀ ਦਾ ਮਨੀ ਜੀ ਉਹ ਕਿਤਨੀ ਮਤਲਬ ਇਸ ਟਾਈਮ ਆਪ ਨੇ ਇਹ ਸੋਚਿਆ ਕਿ ਇਹ ਮੂਵੀ ਇਸ ਕੇ ਸਾਥ ਸਿੰਗਰ ਹੋ ਗਿਆ ਤੇ ਆਪ ਕੀ ਬਾਤ ਕਰਵਾਈ ਔਰ ਚਲੋ ਭਾਈ ਕਾਫੀ ਪਿਆਰੇ ਭਜਨ ਨਹੀਂ ਤੁਮੇ ਛੜੇ ਇੱਕ ਮਿੰਟ ਸ਼੍ਰੀ ਮੈਂ ਡਿਆ ਰਿਹਾ ਇੱਕ ਮਿੰਟ ਸਰ ਬਤਾਈਏ ਜਿਸ ਤਰ੍ਹਾਂ ਕਿ ਸੀਡੀ ਰਿਲੀਜ਼ ਹੋਈ ਹੈ ਸੀਡੀ ਮੇਂ ਕੌਣ-ਕੌਣ ਸੇ ਭਜਨ ਹੈ ਕੀ ਕਹਿਣਾ ਚਾਹਤਾ ਮੈਂ ਸੀਡੀ ਬਾਰੇ ਸਭ ਸੇ ਪਹਿਲੇ ਮੇਰੀ ਤਰਫ ਸੇ ਸਭੀ ਕੋ ਜੋ ਮੁਝੇ ਦੇਖ ਰਹੇ ਹੈ ਸਭੀ ਕੋ ਜੈ ਮਾਤਾ ਦੀ ਔਰ ਜੈ ਗੁਰੂਦੇਵ जो हमने नई सीडी रिलीज़ की है जो इसका नाम है सोना छत्र चढ़ाई के सुने आ रहा उसके साथ है जो दूसरा वाला है वो है सतगुरु मेरे तो ये हमने आज रिलीज़ की है उसी का हमने छोटा सा फंक्शन रखा हुआ था जो रिलीज़ हुई जिन्होंने वो हमारे गेस्ट ऑफिसर जो हैं वो कविंदर गुप्ता जी और बहुत सारे जितने जो गेस्ट हैं सभी आए हुए हैं तो एक छोटी सी कोशिश की है हमने हमारे उधमपुर में यहाँ टी मोड़ काली माता का मंदिर है तो उसकी हमने जो सीडी रिलीज़ की है तो देखते हैं अब आपकी ब्लेसिंग चाहिए और आपका आशीर्वाद चाहिए जितना लाइक शेयर आप हो सकता है करिए और ये आपको यूट्यूब में देखने के लिए मिलेगा मनीष पंजाबी सर्च करिए तो आपको ये भजन सामने मिलेगा सर जिस तरह आपने सीडी के साउंड रिलीज़ किया है जो भजन लिखिए उसके बारे में गुनगुना दीजिए जो काली माता का भजन है वो इस तरह से है सोना छत्र बनाई दे सुने अरे माटी मोड़ वाली दा ਸੋਨਾ ਛੱਤਰ ਬਣਾਈ ਦੇ ਸੁਣੇ ਅਰੇ ਮਾਟੀ ਮੋੜ ਵਾਲੀ ਦਾ ਕਾਲੀ ਦਾ ਮਹਾ ਕਾਲੀ ਦਾ ਕਾਲੀ ਦਾ ਮਹਾ ਕਾਲੀ ਦਾ ਸੋਨਾ ਛੱਤਰੀ
ਉਹ ਸੋਹਣਾ ਛੱਤਰ ਸੋਹਣਾ ਛੱਤਰ ਬਣਾਈ ਦੇ ਸੁਣੇ ਆ ਰੇ ਮਾਟੀ ਮੋੜ ਵਾਲੀ ਦਾ। ਇਸਕੇ ਬਾਅਦ ਆਪਕੀ ਔਰ ਵੀ ਸੀਡੀ ਰਿਲੀਜ਼ ਹੋ ਰਹੀ ਹੈ ਇਸਕੇ? ਅਬ ਇਸਕੇ ਬਾਅਦ ਹਮਾਰੇ ਜੋ ਮਾਇੰਡ ਮੇ ਆਇਆ ਹੈ, ਮੈਂ ਬਾਵੇ ਮਾਤਾ ਕਾ ਇੱਕ ਭਜਨ ਹਮਨੇ ਕਰਨਾ ਹੈ, ਤੋ ਵੋ ਦੇਖੋ ਨੈਕਸਟ ਹਮਾਰੀ ਜੋ ਕੋਸ਼ਿਸ਼ ਹੈ ਵੋ ਯੇ ਕੋਸ਼ਿਸ਼ ਕਰੇਂਗੇ। ਛੋਟਾ ਸਾ ਆਪਕੋ ਗੁਣਗੁਣਾ ਕੇ ਬਤਾ ਦੇਤਾ ਹੂੰ ਜੋ ਆਨੇ ਵਾਲਾ ਭਜਨ ਹੈ। ਬਾਵੇ ਵਾਲੀ ਮਈਆ ਦਾ ਦੁਆਰ ਪਗਤਾ ਸਭਨਾ ਨੂੰ ਦਿਸੇ ਪੂਲੋ ਪਾਰ ਪਗਤਾ, ਬਾਵੇ ਵਾਲੀ ਮਈਆ ਦਾ ਦੁਆਰ ਪਗਤਾ ਸਭਨਾ ਨੂੰ ਦਿਸੇ ਪੂਲੋ ਪਾਰ ਪਗਤਾ, ਜਿਹੜਾ ਆਵੇ ਮਾਂ ਦੇ ਦਰ ਜਵੇ ਮਨ ਮਾਂ ਦਾ ਪੱਲਾ ਫੜ, ਜਿਹੜਾ ਆਵੇ ਮਾਂ ਦੇ ਦਰ ਫੜੇ ਮਾਂ ਦਾ ਪੱਲਾ, ਤੂੰ ਵੀ ਜਾਈ ਬਾਵੇ ਮਾਂ ਦੇ ਦੁਆਰ ਪਗਤਾ, ਬਾਵੇ ਵਾਲੀ